ਅਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ। ਉਸ ਪਰਮਾਤਮਾ ਦੇ ਚਰਣੀ ਲੱਗ ਕੇ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਇਨਸਾਨ ਕਿੰਜ ਅਡੋਲ ਹੋ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 618ਵੇਂ ਅੰਗ ਦੀ ਗੁਰਬਾਣੀ ਤੋਂ ਅਸੀਂ ਇਹ ਸਿੱਖਣਾ। ਮਾਇਕ ਸੰਸਾਰ ਪਲ ਪਲ ਇਨਸਾਨ ਦੇ ਉੱਪਰ ਆਪਣਾ ਧਾਵਾ ਬੋਲਦਾ ਰਹਿੰਦਾ ਅਤੇ ਇਨਸਾਨ ਆਪਣੀ ਵਿਲ ਪਾਵਰ ਜਾਣੀ ਇੱਛਾ ਸ਼ਕਤੀ ਦੇ ਆਧਾਰ 'ਤੇ ਮਾਇਕ ਸੰਸਾਰ ਦੇ ਹੱਲਿਆਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦਾ, ਪਰ ਬਹੁਤ ਹੱਦ ਤੱਕ ਉਹਦੀ ਇਹ ਕੋਸ਼ਿਸ਼ ਨਾਕਾਮਯਾਬ ਹੁੰਦੀ ਹੈ ਅਤੇ ਆਖਿਰਕਾਰ ਉਹ ਮਾਇਕ ਹੱਲਿਆਂ ਦੇ ਅੱਗੇ ਆਪਣੇ ਗੋਡੇ ਟੇਕ ਦਿੰਦਾ, ਹਾਰ ਮੰਨ ਲੈਂਦਾ। ਪਰ ਉਹ ਇਨਸਾਨ ਇਹਨਾਂ ਹੱਲਿਆਂ ਨੂੰ ਝੱਲ ਜਾਂਦਾ ਜਿਹੜਾ ਗੁਰੂ ਦੇ ਲੜ ਲੱਗ ਜਾਂਦਾ। ਉਹਦੇ 'ਚ ਐਸੀ ਕੀ ਤਬਦੀਲੀ ਆ ਜਾਂਦੀ ਹੈ, ਉਹਦੀ ਇੱਛਾ ਸ਼ਕਤੀ, ਉਹਦੀ ਵਿਲ ਪਾਵਰ ਇੰਨੀ ਕਿੰਨੀ ਕੁ ਸਟਰੋਂਗ ਹੋ ਜਾਂਦੀ ਹੈ, ਮਜ਼ਬੂਤ ਹੋ ਜਾਂਦੀ ਹੈ। ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਆਓ ਸ਼ੁਰੂ ਕਰੀਏ। ਰਿਲੀਜਨ ਆਊਟਲੁੱਕ। ਸੋਰਠ ਮਹਿਲਾ ਪੰਜਵਾਂ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਗੁਰੂ ਨੂੰ ਵੈਦ ਦਾ ਜਾਣੀ ਡਾਕਟਰ ਦਾ ਦਰਜਾ ਦੇ ਰਹੇ ਨੇ ਅਤੇ ਸਾਨੂੰ ਦੱਸਦੇ ਨੇ ਕਿ ਜੋ ਗੁਰੂ ਹੈ ਜਨਮ ਜਨਮ ਕੇ ਦੁੱਖ ਨਿਵਾਰੈ, ਸ਼ਰਨ ਪਏ ਮਨੁੱਖ ਦੇ ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦਿੰਦਾ ਹੈ। ਵੈਦ ਰੂਪ ਗੁਰੂ ਸੂਕਾ ਮਨ ਸਾਧਾਰੈ, ਜਿਸ ਇਨਸਾਨ ਦਾ ਮਨ ਆਤਮਿਕ ਜੀਵਨ ਦੀ ਹਰਿਆਵਲ ਤੋਂ ਸੱਖਣਾ ਸੀ ਉਹਦੇ ਮਨ ਨੂੰ ਗੁਰੂ ਸਹਾਰਾ ਦਿੰਦਾ। ਦਰਸ਼ਨ ਭੇਟਤ ਹੋਤ ਨਿਹਾਲਾ, ਗੁਰੂ ਦਾ ਦਰਸ਼ਨ ਕਰਦਿਆਂ ਹੀ ਮਨੁੱਖ ਦੇ ਮਨ ਵਿੱਚ ਖਿੜਾਓ ਆ ਜਾਂਦਾ। ਹਰ ਕਾ ਨਾਮ ਵਿਚਾਰੈ, ਅਤੇ ਪਰਮਾਤਮਾ ਦੇ ਨਾਮ ਨੂੰ ਉਹ ਇਨਸਾਨ ਆਪਣੇ ਸੋਚ ਮੰਡਲ ਦੇ ਵਿੱਚ ਵਸਾ ਲੈਂਦਾ। ਮੇਰਾ ਬੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ ਰਹਾਓ। ਰਹਾਓ ਵਾਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਗੁਰੂ ਨੂੰ ਵੈਦ ਦਾ ਦਰਜਾ ਦਿੰਦੇ ਨੇ। ਕਹਿੰਦੇ ਮੇਰਾ ਵੈਦ ਗੁਰੂ ਗੋਵਿੰਦਾ, ਗੋਵਿੰਦ ਦਾ ਰੂਪ ਮੇਰਾ ਗੁਰੂ ਪੂਰਾ ਹਕੀਮ ਹੈ, ਵੈਦ ਹੈ। ਇਹ ਹਕੀਮ ਜਿਸ ਮਨੁੱਖ ਦੇ ਮੂੰਹ ਵਿੱਚ ਹਰ ਨਾਮ ਦਵਾਈ ਪਾਉਂਦਾ ਹੈ ਉਸ ਮਨੁੱਖ ਦੀ ਜਮ ਦੀ ਫਾਹੀ ਕੱਟ ਦਿੰਦਾ ਹੈ। ਉਹਦੇ ਅੰਦਰੋਂ ਆਤਮਿਕ ਮੌਤ ਲਿਆਉਣ ਵਾਲੇ ਵਿਕਾਰ ਖਤਮ ਹੋ ਜਾਂਦੇ ਹੈ। ਵਿਕਾਰੀ ਸੋਚ, ਵਿਕਾਰੀ ਵਿਚਾਰ ਉਹਦੇ ਮਨ ਵਿੱਚ ਉਤਪੰਨ ਹੀ ਨਹੀਂ ਹੁੰਦੇ। ਸਮਰੱਥ ਪੁਰਖ ਪੂਰਨ ਵਿਧਾਤੇ, ਆਪੇ ਕਰਨ ਹਾਰਾ, ਆਪਣਾ ਦਾਸ ਹਰ ਆਪ ਉਬਾਰਿਆ, ਨਾਨਕ ਨਾਮ ਅਧਾਰਾ। ਇਹ ਨਾਨਕ ਆਖੋ
ਹੇ ਸਭ ਤਾਕਤਾਂ ਦੇ ਮਾਲਕ, ਹੇ ਸਰਵ ਵਿਆਪਕ, ਹੇ ਭਰਪੂਰ, ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ, ਸਮਰੱਥ ਪੁਰਖ ਪੂਰਨ ਵਿਧਾਤੇ, ਆਪੇ ਕਰਨਾ ਹਾਰਾ, ਆਪਣਾ ਦਾਸ ਹਰ ਆਪ ਉਭਾਰਿਆ। ਇਹ ਪਰਮਾਤਮਾ ਤੂੰ ਆਪ ਹੀ ਗੁਰੂ ਨੂੰ ਪੂਰਾ ਵੈਦ ਬਣਾਉਣ ਵਾਲਾ ਹੈ ਅਤੇ ਆਪ ਹੀ ਆਪਣੇ ਸੇਵਕ ਨੂੰ ਗੁਰੂ ਪਾਸੋਂ ਨਾਮ ਦਾ ਆਸਰਾ ਦਵਾ ਕੇ ਉਹਦੀ ਜੰਮਦੀ ਫਾਹੀ ਕਟਾਉਣ ਵਾਲਾ ਹੈ। ਉਸ ਪਰਮਾਤਮਾ ਦਾ ਧੰਨਵਾਦ ਕਰਦੇ ਹਨ ਗੁਰੂ ਸਾਹਿਬ ਕਿ ਉਸ ਪਰਮਾਤਮਾ ਨੇ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸ ਪਰਮਾਤਮਾ ਨੇ ਗੁਰੂ ਬਣਾਇਆ, ਗੁਰੂ ਨੂੰ ਹਕੀਮ ਬਣਾਇਆ, ਉਸ ਪਰਮਾਤਮਾ ਨੇ ਹੀ ਸੇਵਕ ਨੂੰ ਪੈਦਾ ਕੀਤਾ, ਉਸ ਪਰਮਾਤਮਾ ਨੇ ਹੀ ਸੇਵਕ ਨੂੰ ਗੁਰੂ ਦੇ ਲੜ ਲਾਇਆ ਅਤੇ ਇਸ ਤਰ੍ਹਾਂ ਸੇਵਕ ਦੀ ਜਮਾਂ ਦੀ ਫਾਹੀ ਕੱਟੀ। ਇੱਥੇ ਇੱਕ ਫਰਕ ਨੂੰ ਸਮਝਣਾ ਜ਼ਰੂਰੀ ਹੈ ਕਿ ਆਮ ਤੌਰ 'ਤੇ ਹਕੀਮ ਜਾਂ ਡਾਕਟਰ ਦੇ ਕੋਲ ਅਸੀਂ ਜਾਈਏ ਤਾਂ ਅਸੀਂ ਉਹਦੇ ਕੋਲ ਇੱਕ ਸਰੀਰਕ ਸਮੱਸਿਆ ਲੈ ਕੇ ਜਾਂਦੇ ਹਾਂ, ਕੋਈ ਸਰੀਰਕ ਬਿਮਾਰੀ ਲੈ ਕੇ ਜਾਂਦੇ ਹਾਂ। ਇੱਥੋਂ ਤੱਕ ਕਿ ਦਿਮਾਗੀ ਡਾਕਟਰ ਦੇ ਕੋਲ ਵੀ ਜਾਈਏ ਤਾਂ ਉਹ ਵੀ ਦਿਮਾਗ ਦੀ ਬਿਮਾਰੀ ਲੈ ਕੇ ਜਾਂਦੇ ਹਾਂ, ਦਿਮਾਗ ਵੀ ਸਰੀਰ ਦਾ ਹਿੱਸਾ ਹੈ, ਉਹ ਵੀ ਸਰੀਰਕ ਬਿਮਾਰੀ ਹੁੰਦੀ ਹੈ। ਪਰ ਗੁਰੂ ਸਰੀਰਕ ਬਿਮਾਰੀਆਂ ਦਾ ਨਹੀਂ, ਮਾਨਸਿਕ ਬਿਮਾਰੀਆਂ ਦਾ ਹਕੀਮ ਹੈ। ਵਿਗਿਆਨਕ ਖੇਤਰ ਦੇ ਵਿੱਚ ਵੀ ਅੱਜ ਕੱਲ੍ਹ ਸਾਨੂੰ ਕਾਉਂਸਲਰ ਮਿਲ ਜਾਂਦੇ ਨੇ, ਥੈਰੇਪਿਸਟ ਮਿਲ ਜਾਂਦੇ ਨੇ, ਜਿਹੜੇ ਮਾਨਸਿਕ ਬਿਮਾਰੀਆਂ ਦੇ ਨਾਲ ਨਜਿੱਠਣ ਦੇ ਵਿੱਚ ਲੋਕਾਂ ਦੀ ਸਹਾਇਤਾ ਕਰਦੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੇ ਕੰਮ ਦੇ ਵਿੱਚ ਉਹ ਨਿਪੁੰਨ ਹੁੰਦੇ ਹੋਣਗੇ, ਪਰ ਮਾਨਸਿਕ ਬਿਮਾਰੀ ਦੇ ਸੰਦਰਭ ਦੇ ਵਿੱਚ ਜੋ ਸਮਰੱਥਾ ਗੁਰੂ ਪਾਸ ਹੈ ਕਿਸੇ ਦੀ ਮਦਦ ਕਰਨ ਦੀ, ਉਹ ਕਿਸੇ ਵੀ ਕਾਉਂਸਲਰ ਜਾਂ ਥੈਰੇਪਿਸਟ ਕੋਲ ਨਹੀਂ ਹੈ। ਜਦੋਂ ਇਨਸਾਨ ਕਿਸੇ ਮਾਨਸਿਕ ਸਮੱਸਿਆ ਦੇ ਨਾਲ ਜੂਝ ਰਿਹਾ ਹੁੰਦਾ ਹੈ ਤਾਂ ਉਹਦੇ 'ਚ ਬਹੁਤ ਵੱਡਾ ਕਾਰਨ ਹੁੰਦਾ ਕਿ ਉਹ ਆਪਣੇ ਆਪ ਨੂੰ ਜਾਣ ਨਹੀਂ ਪਾ ਰਿਹਾ ਹੁੰਦਾ, ਉਹਨੂੰ ਆਪਣੇ ਅੰਦਰਲੇ ਦਾ ਗਿਆਨ ਨਹੀਂ ਹੁੰਦਾ। ਅਤੇ ਗੁਰੂ ਦਾ ਤਾਂ ਕੰਮ ਹੀ ਹੈ ਸਾਨੂੰ ਸਾਡੇ ਅੰਦਰਲੇ ਨਾਲ ਜੋੜਨਾ, ਸਾਨੂੰ ਅਤੇ ਪਰਮਾਤਮਾ ਨੂੰ ਇੱਕਮਿੱਕ ਕਰਨਾ। ਅਤੇ ਜਿਹੜਾ ਮਨੁੱਖ ਪਰਮਾਤਮਾ ਨਾਲ ਇੱਕਮਿੱਕ ਹੋ ਗਿਆ ਉਹ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਮਾਨਸਿਕ ਤਣਾਅ ਦਾ ਸ਼ਿਕਾਰ ਨਹੀਂ ਹੋ ਸਕਦਾ। ਸੋ ਚੇਤੇ ਰੱਖੀਏ ਕਿ ਗੁਰੂ ਮਾਨਸਿਕ ਹਕੀਮ ਹੈ। ਸੋਰਠ ਮਹਿਲਾ ਪੰਜਵਾਂ, ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ, ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ, ਲਾਖ ਖਤੇ ਕਰ ਫੇਰੋ। ਹੇ ਮੇਰੇ ਮਾਲਕ ਪ੍ਰਭੂ, ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈ, ਅੰਤਰ ਕੀ ਗਤ ਤੁਮ ਹੀ ਜਾਨੀ, ਤੁਝ ਹੀ ਪਾਹੇ ਨਿਬੇਰੋ, ਤੇਰੀ ਸ਼ਰਨ ਪਿਆ ਹੀ ਮੇਰੀ ਅੰਦਰਲੀ ਮੰਦੀ ਹਾਲਤ ਦਾ ਖਾਤਮਾ ਹੋ ਸਕਦਾ ਹੈ। ਜੋ ਗੱਲ ਆਪਾਂ ਹੁਣੇ ਕਰਕੇ ਹਟੇ ਹਾਂ ਆਪਣੇ ਅੰਦਰਲੇ ਨਾਲ ਜੁੜਨ ਦੀ, ਉਹੀ ਥੀਮ ਇਹਨਾਂ ਪੰਕਤੀਆਂ ਦੇ ਵਿੱਚ ਝਲਕਦਾ ਹੈ ਕਿ ਸਾਡੇ ਦਿਲ ਦੀ ਜੋ ਡੂੰਘੀ ਹਾਲਤ ਹੈ ਉਹਨੂੰ ਪਰਮਾਤਮਾ ਜਾਣਦਾ ਹੈ। ਤੁਝ ਹੀ ਪਾਹੇ ਨਿਬੇਰੋ, ਜੇ ਅਸੀਂ ਆਪਣੇ ਆਪ ਨੂੰ ਡੂੰਘਾਈ ਤੋਂ ਜਾਣਨਾ ਚਾਹੁੰਦੇ ਹਾਂ ਤਾਂ ਉਸ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਪੈਣੀ, ਉਹਦੇ ਚਰਨਾਂ ਦੇ ਵਿੱਚ ਜੁੜਨਾ ਪੈਣਾ, ਇਹਦੇ ਨਾਲ ਹੀ ਸਾਡੇ ਦੁੱਖਾਂ ਦਾ ਨਿਬੇੜਾ ਹੋਣਾ। ਗੁਰੂ ਸਾਹਿਬ ਕਹਿੰਦੇ ਨੇ ਬਖਸ਼ ਲੈ ਹੋ ਸਾਹਿਬ ਪ੍ਰਭ ਆਪਣੇ, ਲੱਖ ਖਤੇ ਕਰ ਫੇਰੋ, ਕਿ ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ, ਹੇ ਮੇਰੇ ਮਾਲਕ ਪਰਮਾਤਮਾ ਮੈਨੂੰ ਬਖਸ਼ ਲੈ। ਇਹ ਗੱਲ
ਉਹ ਇਨਸਾਨ ਹੀ ਆਖ ਸਕਦਾ ਹੈ ਜਿਸ ਨੇ ਆਪਣੇ ਆਪ ਨੂੰ ਡੂੰਘਾਈ ਤੋਂ ਜਾਣਿਆ ਹੋਵੇ। ਆਮ ਤੌਰ 'ਤੇ ਮਨੁੱਖ ਸ਼ਰੇਆਮ ਕੀਤੀ ਹੋਈ ਗਲਤੀ ਨੂੰ ਮੰਨਣ ਤੋਂ ਵੀ ਮੁੱਕਰ ਜਾਂਦਾ ਹੈ, ਪਰ ਜਿਸ ਨੇ ਡੂੰਘਾਈ ਤੋਂ ਆਪਣੇ ਆਪ ਨੂੰ ਜਾਣਿਆ ਹੋਵੇ ਉਹਨੂੰ ਆਪਣੀਆਂ ਉਹਨਾਂ ਗਲਤੀਆਂ ਦਾ ਵੀ ਗਿਆਨ ਹੁੰਦਾ ਹੈ ਜਿਹੜੀਆਂ ਪ੍ਰਤੱਖ ਨਾ ਵੀ ਹੋਵਣ। ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ, ਹਰ ਚਰਨ ਸ਼ਰਨ ਮੋਹੇ ਚੇਰੋ ਰਹਾਉ। ਹੇ ਪ੍ਰਭੂ ਜੀ, ਤੂੰ ਮੇਰਾ ਪਾਲਣਹਾਰਾ ਮਾਲਕ ਹੈ, ਮੇਰੇ ਅੰਗ ਸੰਗ ਵਸਦਾ ਹੈ। ਹੇ ਹਰੀ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ, ਮੈਨੂੰ ਆਪਣਾ ਦਾਸ ਬਣਾਈ ਰੱਖ। ਗੁਰੂ ਸਾਹਿਬ ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਨੇ। ਬੇਸ਼ੁਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿਰੋ, ਕਾਟ ਸਿਲਕ ਕੀਨੋ ਆਪਣੋ ਦਸਰੋ, ਤੋ ਨਾਨਕ ਕਹਾਂ ਨਿਹੋਰੋ। ਹੇ ਬੇਸ਼ੁਮਾਰ ਪ੍ਰਭੂ, ਬੇਅੰਤ ਪ੍ਰਭੂ, ਮੇਰੇ ਮਾਲਕ, ਤੂੰ ਉੱਚੀ ਅਵਸਥਾ ਵਾਲਾ ਹੈ, ਤੂੰ ਸਾਰੇ ਗੁਣਾਂ ਦਾ ਮਾਲਕ ਹੈ, ਤੂੰ ਡੂੰਘਾ ਹੈ। ਹੇ ਨਾਨਕ ਆਖੋ, ਹੇ ਪ੍ਰਭੂ, ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ ਫਾਈ ਕੱਟ ਕੇ ਉਸਨੂੰ ਆਪਣਾ ਦਾਸ ਬਣਾ ਲੈਂਦਾ ਹੈ, ਤਦੋਂ ਉਸਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਆਪਾਂ ਵਿਲ ਪਾਵਰ ਦੀ, ਇੱਛਾ ਸ਼ਕਤੀ ਦੀ ਗੱਲ ਕੀਤੀ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਵਿਲ ਪਾਵਰ ਇੱਕ ਮਸਲ ਵਰਗੀ ਹੈ। ਹਰ ਇਨਸਾਨ ਦੀ ਇੱਛਾ ਸ਼ਕਤੀ ਦੀ ਇੱਕ ਖਾਸ ਸਮਰੱਥਾ ਹੁੰਦੀ ਹੈ। ਅਤੇ ਇਹ ਵੀ ਹੈ ਕਿ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਫੋਨ ਦੀ ਬੈਟਰੀ ਵਾਂਗੂ ਉਹ ਸਮਰੱਥਾ 100% ਹੁੰਦੀ ਹੈ। ਜਿਵੇਂ ਜਿਵੇਂ ਅਸੀਂ ਦਿਨ ਬਿਤਾਉਂਦੇ ਜਾਂਦੇ ਹਾਂ ਉਹ ਢਲਦੀ ਜਾਂਦੀ ਹੈ। ਸੋ ਜੇਕਰ ਤੁਸੀਂ ਕੁਝ ਐਸਾ ਕੰਮ ਕਰਨਾ ਜਿਹੜਾ ਤੁਹਾਨੂੰ ਔਖਾ ਲੱਗਦਾ, ਜਿਹਨੂੰ ਕਰਨ ਦੇ ਲਈ ਤੁਹਾਨੂੰ ਇੱਛਾ ਸ਼ਕਤੀ ਦੀ ਵਰਤੋਂ ਕਰਨੀ ਪੈਂਦੀ ਹੈ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਉਸ ਕੰਮ ਨੂੰ ਸਵੇਰੇ ਕਰ ਲਵੋ, ਕਿਉਂਕਿ ਸ਼ਾਮ ਤੱਕ ਆਉਂਦੇ ਆਉਂਦੇ ਤੁਹਾਡੇ ਕੋਲ ਉਨੀ ਇੱਛਾ ਸ਼ਕਤੀ ਬਚੀ ਨਹੀਂ ਹੋਣੀ। ਤਾਂ ਕਿਤੇ ਨਾ ਕਿਤੇ ਇੱਕ ਆਮ ਇਨਸਾਨ ਇੱਛਾ ਸ਼ਕਤੀ ਦਾ ਮੁਥਾਜ ਹੈ, ਅਤੇ ਇਹ ਇੱਛਾ ਸ਼ਕਤੀ ਅਨਲਿਮਿਟਡ ਮਾਤਰਾ ਦੇ ਵਿੱਚ ਉਹਦੇ ਕੋਲ ਮੌਜੂਦ ਹੈ ਨਹੀਂ। ਤਾਂ ਕੀ ਕੀਤਾ ਜਾਵੇ? ਇਸ ਮੁਥਾਜਗੀ ਨੂੰ ਖਤਮ ਕੀਤਾ ਜਾਵੇ। ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਈਏ, ਗੁਰਬਾਣੀ ਪੜ੍ਹਨ ਲੱਗ ਜਾਈਏ, ਉਸ ਪਰਮਾਤਮਾ ਨੂੰ ਸਮਝਣ ਲੱਗ ਜਾਈਏ, ਤਾਂ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਸਾਡੇ ਅੰਦਰੋਂ ਹਰ ਉਹ ਚੀਜ਼ ਖਤਮ ਹੋ ਜਾਂਦੀ ਹੈ ਜਿਹਦੇ ਲਈ ਸਾਨੂੰ ਇੱਛਾ ਸ਼ਕਤੀ ਦੀ ਲੋੜ ਪੈਂਦੀ ਹੈ। ਜਦੋਂ ਆਪਾਂ ਕਹਿੰਦੇ ਹਾਂ ਕਿ ਫੋਨ ਦੀ ਬੈਟਰੀ ਵਾਂਗੂ ਤੁਹਾਡੀ ਇੱਛਾ ਸ਼ਕਤੀ 100% ਹੁੰਦੀ ਹੈ ਸਵੇਰੇ ਜਦੋਂ ਤੁਸੀਂ ਉੱਠਦੇ ਹੋ, ਤਾਂ ਉਹ ਖਤਮ ਕਿਵੇਂ ਹੁੰਦੀ ਹੈ? ਹੌਲੀ ਹੌਲੀ ਉੱਠਦੇ ਸਾਰ ਤੁਹਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਪਰ ਨਾਲ ਹੀ ਇੱਕ ਹੋਰ ਵਿਚਾਰ ਆ ਜਾਂਦਾ ਹੈ ਕਿ ਛੱਡ ਪਰਾਂ ਕੱਲ੍ਹ ਨੂੰ ਕਰਾਂਗੇ। ਹੁਣ ਜੇਕਰ ਤੁਸੀਂ ਐਕਸਰਸਾਈਜ਼ ਕਰਨੀ ਹੈ ਤਾਂ ਇਹ ਜੋ ਦੂਸਰਾ ਵਿਚਾਰ ਹੈ ਉਹਦੇ ਨਾਲ ਲੜਨਾ ਪਏਗਾ। ਉਹਦੇ ਨਾਲ ਲੜਨ ਦੇ ਲਈ ਤੁਹਾਨੂੰ ਇੱਛਾ ਸ਼ਕਤੀ ਦਾ ਇਸਤੇਮਾਲ ਕਰਨਾ ਪਏਗਾ, ਅਤੇ ਜਦੋਂ ਤੁਸੀਂ ਇੱਛਾ ਸ਼ਕਤੀ ਨੂੰ ਵਰਤੋਂਗੇ ਤਾਂ ਉਹ 100% ਦੇ ਵਿੱਚੋਂ ਥੋੜ੍ਹੀ ਜਿਹੀ ਸਪੈਂਡ ਹੋ ਜਾਏਗੀ, ਖਤਮ ਹੋ ਜਾਏਗੀ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਐਕਸਰਸਾਈਜ਼ ਫਿਰ ਵੀ ਨਾ ਕਰੋ, ਪਰ ਉਹ ਜੋ 5-7 ਮਿੰਟ 2 ਮਿੰਟ ਜਿੰਨਾ ਚਿਰ ਵੀ ਉਹ ਲੜਾਈ ਜੋ ਚੱਲੀ ਇੱਛਾ ਸ਼ਕਤੀ ਅਤੇ ਉਸ ਵਿਚਾਰ ਦੇ ਵਿੱਚ ਜਿਹੜਾ ਤੁਹਾਨੂੰ ਐਕਸਰਸਾਈਜ਼ ਕਰਨ ਤੋਂ ਰੋਕ ਰਿਹਾ ਸੀ, ਉਹਦੇ ਵਿੱਚ ਵੀ ਤੁਹਾਡੀ ਇੱਛਾ ਸ਼ਕਤੀ ਵਰਤੀ ਜਾਣੀ, ਥੋੜ੍ਹੀ ਜਿਹੀ ਘਟਣੀ ਲਾਜ਼ਮੀ ਹੈ। ਫਿਰ ਅੱਗੇ ਚੱਲੋਗੇ, ਖਾਣਾ ਖਾਣ ਦਾ ਵਕਤ ਆਏਗਾ,
ਫਿਰ ਲੜਾਈ ਹੋਏਗੀ। ਤੁਹਾਡਾ ਇੱਕ ਹਿੱਸਾ ਆਖੇਗਾ ਕਿ ਘਿਓ ਨਾਲ ਲੱਥ-ਪੱਥ ਇਹ ਆਲੂ ਦੇ ਪਰੌਂਠੇ ਖਾ ਲੈ, ਦੂਜਾ ਕਹੇਗਾ ਕਿ ਨਹੀਂ ਛੱਡ ਕੁਝ ਹੈਲਦੀ ਖਾ ਲੈ। ਉੱਥੇ ਫਿਰ ਤੁਹਾਡੀ ਇੱਛਾ ਸ਼ਕਤੀ ਅਤੇ ਉਸ ਦੂਸਰੇ ਵਿਚਾਰ ਦੀ ਲੜਾਈ ਹੋਣੀ ਹੈ, ਤੁਹਾਡੀ ਇੱਛਾ ਸ਼ਕਤੀ ਫਿਰ ਵਰਤੀ ਜਾਣੀ। ਇੱਦਾਂ ਹੀ ਕਰਦੇ ਕਰਾਉਂਦੇ ਸ਼ਾਮ ਤੱਕ ਆਉਂਦੇ ਸਾਡੇ ਇੱਛਾ ਸ਼ਕਤੀ ਦੇ ਜਿਹੜੇ ਸਟੋਰ ਹੈ ਨਾ ਉਹ ਬਹੁਤ ਘੱਟ ਰਹਿ ਜਾਂਦੇ ਆ। ਅਤੇ ਕਈ ਵਾਰੀ ਤੁਸੀਂ ਐਸੀਆਂ ਚੀਜ਼ਾਂ ਨਾਲ ਸਵੇਰੇ ਸਵੇਰੇ ਹੀ ਲੜ ਲੈਂਦੇ ਹੋ ਕਿ ਤੁਹਾਡੀ ਇੱਛਾ ਸ਼ਕਤੀ ਸਵੇਰੇ ਸਵੇਰੇ ਹੀ ਖਤਮ ਹੋ ਜਾਂਦੀ ਹੈ, ਅਤੇ ਫਿਰ ਜਿੱਥੇ ਉਹਦੀ ਲੋੜ ਹੁੰਦੀ ਆ ਉਦੋਂ ਤੁਹਾਡੇ ਕੋਲ ਉਹ ਹੁੰਦੀ ਨਹੀਂ, ਅਤੇ ਤੁਸੀਂ ਕੁਝ ਐਸਾ ਕਰ ਬੈਠਦੇ ਹੋ ਜਿਹੜਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ। ਕਿਉਂ ਕਰ ਬੈਠਦੇ ਹੋ? ਕਿਉਂਕਿ ਉਸ ਵਕਤ ਜਦੋਂ ਫੈਸਲਾ ਲੈਣ ਦਾ ਸਮਾਂ ਸੀ ਤੁਸੀਂ ਇੱਛਾ ਸ਼ਕਤੀ ਦੇ ਮੁਤਾਜ ਸੀ ਅਤੇ ਉਹ ਇੱਛਾ ਸ਼ਕਤੀ ਤੁਹਾਡੇ ਕੋਲ ਹੈ ਨਹੀਂ ਸੀ। ਹੁਣ ਗੁਰੂ ਕਿਵੇਂ ਹੈਲਪ ਕਰਦਾ? ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ ਆਪਣੇ ਆਪ ਨੂੰ ਜਾਣਨ ਲੱਗ ਜਾਂਦੇ ਹਾਂ, ਚੰਗੇ ਮੰਦੇ ਦਾ ਥੋੜ੍ਹਾ ਜਿਹਾ ਫਰਕ ਸਾਨੂੰ ਸਮਝ ਆਉਣ ਲੱਗ ਜਾਂਦਾ ਹੈ, ਸਾਡੀ ਇੱਛਾ ਸ਼ਕਤੀ ਮਜ਼ਬੂਤ ਨਹੀਂ ਹੁੰਦੀ, ਕੁਦਰਤੀ ਹੀ ਸਾਡੇ ਅੰਦਰੋਂ ਉਹ ਵਾਲੀ ਤਾਕਤ ਖਤਮ ਹੋ ਜਾਂਦੀ ਹੈ ਜਿਹੜੀ ਇੱਛਾ ਸ਼ਕਤੀ ਦੀ ਵਿਰੋਧੀ ਤਾਕਤ ਹੈ। ਸੋ ਜਿਹੜੀਆਂ ਆਪਾਂ ਉਦਾਹਰਣਾਂ ਲਈਆਂ, ਜਦੋਂ ਸਵੇਰੇ ਉੱਠਦੇ ਇਹ ਖਿਆਲ ਆਇਆ ਕਿ ਐਕਸਰਸਾਈਜ਼ ਕਰ ਲੈ ਅਤੇ ਬੰਦਾ ਉੱਠ ਕੇ ਐਕਸਰਸਾਈਜ਼ ਕਰਨ ਲੱਗ ਜਾਂਦਾ, ਦੂਸਰਾ ਵਿਚਾਰ ਉਤਪੰਨ ਹੀ ਨਹੀਂ ਹੁੰਦਾ, ਇੱਕ ਪਲ ਦੇ ਲਈ ਵੀ ਉਹ ਖਿਆਲ ਆਉਂਦਾ ਹੀ ਨਹੀਂ ਕਿ ਨਾ ਕਰ, ਤਾਂ ਇੱਛਾ ਸ਼ਕਤੀ ਵਰਤਣ ਦੀ ਲੋੜ ਹੀ ਨਹੀਂ ਪੈਂਦੀ। ਸੋ ਇਹ ਹੁੰਦਾ ਹੈ ਪ੍ਰਭੂ ਦੀ ਕਿਰਪਾ। ਇਹੀ ਕਾਰਨ ਹੈ ਕਿ ਹਰ ਇੱਕ ਇਨਸਾਨ ਪ੍ਰਭੂ ਦਾ ਸੇਵਕ ਨਹੀਂ ਬਣ ਸਕਦਾ, ਹਰ ਇੱਕ ਇਨਸਾਨ ਇਹ ਮਾਨਸਿਕ ਅਵਸਥਾ ਹਾਸਲ ਨਹੀਂ ਕਰ ਸਕਦਾ। ਜਿਸ ਲਈ ਉਸ ਪਰਮਾਤਮਾ ਨੇ ਨਿਰਧਾਰਿਤ ਕੀਤਾ ਉਹੀ ਕਰੇਗਾ, ਪਰ ਇੱਥੋਂ ਤੱਕ ਪਹੁੰਚਣ ਦਾ ਰਸਤਾ ਜਿਹੜਾ ਹੈ ਉਹ ਗੁਰੂ ਦੇ ਪਾਸੋਂ ਹੋ ਕੇ ਜਾਂਦਾ ਹੈ। ਪਹਿਲਾਂ ਗੁਰੂ ਦੇ ਲੜ ਲੱਗਾਂਗੇ, ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਾਂਗੇ, ਸਮਝਾਂਗੇ, ਹੌਲੀ ਹੌਲੀ ਲਾਗੂ ਕਰਦੇ ਜਾਵਾਂਗੇ, ਅਤੇ ਇੱਕ ਦਿਨ ਇਹ ਮੁਕਾਮ ਹਾਸਲ ਕਰ ਲਵਾਂਗੇ ਜਿੱਥੇ ਇੱਛਾ ਸ਼ਕਤੀ ਵਰਤਣ ਦੀ ਲੋੜ ਨਹੀਂ ਪੈਣੀ, ਸਾਡੇ ਅੰਦਰੋਂ ਜਿਹੜੇ ਵਿਕਾਰ ਨੇ ਉਹ ਖਤਮ ਹੋ ਜਾਣਗੇ, ਵਿਕਾਰਾਂ ਦੀ ਫਾਈ ਕੱਟੀ ਜਾਏਗੀ। ਤਾਂ ਉਹ ਨਾਨਕ ਕਹਾਂ ਨੇ ਹੋਰੋ, ਫਿਰ ਸਾਨੂੰ ਕਿਸੇ ਦੀ ਮਥਾਜੀ ਨਹੀਂ ਰਹੇਗੀ। ਸੋਰਠ ਮਹਿਲਾ ਪੰਜਵਾਂ, ਭਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ ਅਸਥਿਰ ਭਏ ਲਾਗ ਹਰ ਚਰਣੀ, ਗੋਬਿੰਦ ਕੇ ਗੁਣ ਗਾਏ। ਇਹ ਭਾਈ, ਜਿਸ ਮਨੁੱਖ ਉੱਤੇ ਪਰਮਾਤਮਾ ਦਾ ਰੂਪ ਗੁਰੂ ਦਇਆਵਾਨ ਹੁੰਦਾ ਹੈ ਉਸਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ, ਕਿਉਂਕਿ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਗਾ ਕੇ ਪ੍ਰਭੂ ਚਰਨਾਂ ਵਿੱਚ ਲਗਨ ਲਾ ਕੇ ਉਹ ਮਨੁੱਖ ਮਾਇਆ ਦੇ ਹੱਲਿਆਂ ਅੱਗੇ ਡੋਲਣੋਂ ਹਟ ਜਾਂਦਾ ਹੈ। ਸੋ ਜਿਹੜੀਆਂ ਚੀਜ਼ਾਂ ਸਾਡੀ ਇੱਛਾ ਸ਼ਕਤੀ ਨੂੰ ਖਤਮ ਕਰਦੀਆਂ ਉਹ ਹੁੰਦੀਆਂ ਮਾਇਆ ਦੇ ਹੱਲੇ, ਮਾਇਆ ਦੇ ਧਾਵੇ। ਜਿਹੜਾ ਉਹ ਵਿਚਾਰ ਆਉਂਦਾ ਹੈ ਕਿ ਤੂੰ ਐਕਸਰਸਾਈਜ਼ ਨਾ ਕਰ, ਉਹ ਮਾਇਕ ਸੰਸਾਰ ਦਾ ਹਮਲਾ ਹੁੰਦਾ ਹੈ ਸਾਡੇ ਉੱਪਰ। ਆਮ ਇਨਸਾਨ ਉਦੋਂ ਤੱਕ ਇਹਨਾਂ ਹੱਲਿਆਂ ਦਾ ਸਾਹਮਣਾ ਕਰਦਾ ਜਦੋਂ ਤੱਕ ਇੱਛਾ ਸ਼ਕਤੀ ਦੇ ਭੰਡਾਰ ਉਹਦੇ ਕੋਲ ਭਰੇ ਹੁੰਦੇ ਹੈ। ਜਿਸ ਵਕਤ ਉਹਦੀ ਇੱਛਾ ਸ਼ਕਤੀ ਖਤਮ ਹੋ ਜਾਂਦੀ ਹੈ ਉੱਥੇ ਹੀ ਉਹ ਇਹਨਾਂ ਹੱਲਿਆਂ ਦਾ ਸਾਹਮਣਾ ਕਰਨ ਦੇ ਅਸਮਰੱਥ ਹੋ ਜਾਂਦਾ ਹੈ ਅਤੇ ਮਾਇਕ ਸੰਸਾਰ ਦੇ ਅੱਗੇ ਗੋਡੇ ਟੇਕ ਦਿੰਦਾ ਹੈ, ਹਾਰ ਜਾਂਦਾ ਹੈ। ਪ੍ਰਭੂ ਦੀ ਸਿਫਤ ਸਲਾਹ ਕਰ ਕਰਕੇ ਇਹ ਹੱਲੇ, ਇਹ ਮਾਇਕ ਸੰਸਾਰ ਦੇ ਹਮਲੇ ਇਨਸਾਨ ਦੇ ਲਈ ਤੁੱਛ ਹੋ ਜਾਂਦੇ ਨੇ, ਉਹ ਇਹਨਾਂ ਹਮਲਿਆਂ ਦਾ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋ ਜਾਂਦਾ ਹੈ। ਭਲੋ ਸਮੂਰਤ ਪੂਰਾ
ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਓ। ਹੇ ਭਾਈ, ਮਨੁੱਖ ਦੇ ਜੀਵਨ ਵਿੱਚ ਉਹ ਸਮਾਂ ਸੁਹਾਵਣਾ ਹੁੰਦਾ ਹੈ, ਸ਼ੁਭ ਹੁੰਦਾ ਹੈ, ਜਦੋਂ ਪਰਮਾਤਮਾ ਦਾ ਨਾਮ ਜਪ ਕੇ ਉਹਦੇ ਅੰਦਰ ਸ਼ਾਂਤੀ, ਆਤਮਕ ਅਡੋਲਤਾ ਅਤੇ ਆਨੰਦ ਦੇ ਇੱਕ ਰਸ ਵਾਜੇ ਵੱਜਦੇ ਹਨ। ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ। ਹੇ ਭਾਈ, ਜਿਸ ਮਨੁੱਖ ਨੂੰ ਆਪਣੇ ਮਾਲਕ ਪ੍ਰੀਤਮ ਪ੍ਰਭੂ ਜੀ ਮਿਲ ਪੈਂਦੇ ਹਨ, ਉਸਨੂੰ ਇਹ ਘਰ ਘਾਟ ਸੁੱਖ ਦੇਣ ਵਾਲੇ ਪ੍ਰਤੀਤ ਹੁੰਦੇ ਹਨ। ਸਾਡੇ ਅੰਦਰ ਦੁੱਖ ਪੈਦਾ ਹੀ ਇਸ ਕਰਕੇ ਹੁੰਦਾ ਕਿਉਂਕਿ ਸਦਾ ਅਸੀਂ ਉਸ ਲੜਾਈ ਦੇ ਮੈਦਾਨ 'ਚ ਰਹਿੰਦੇ ਹਾਂ ਜਿੱਥੇ ਸਾਡੀ ਇੱਛਾ ਸ਼ਕਤੀ ਮਾਇਕ ਹੱਲਿਆਂ ਦੇ ਨਾਲ ਲੜ ਰਹੀ ਹੈ, ਉਹਦੇ 'ਚੋਂ ਹੀ ਦੁੱਖ ਉਤਪੰਨ ਹੁੰਦਾ। ਜਦੋਂ ਅਸੀਂ ਗੁਰੂ ਦੇ ਲੜ ਲੱਗ ਕੇ ਪ੍ਰਭੂ ਦੀ ਸਿਫਤ ਸਲਾਹ ਕਰਕੇ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰ ਲੈਂਦੇ ਹਾਂ, ਮਾਇਕ ਹੱਲਿਆਂ ਨੂੰ ਹੀ ਖਤਮ ਕਰ ਲੈਂਦੇ ਹਾਂ, ਤਾਂ ਅੰਦਰ ਆਤਮਕ ਅਡੋਲਤਾ ਅਤੇ ਸ਼ਾਂਤੀ ਉਤਪੰਨ ਹੋ ਜਾਂਦੀ ਹੈ, ਸਾਡੇ ਘਰ ਅੰਦਰ ਸੁੱਖ ਵੱਸ ਜਾਂਦਾ। ਇਹ ਦਾਸ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਖਜ਼ਾਨਾ ਲੱਭ ਲਿਆ, ਉਹਦੀ ਹਰੇਕ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਸੋਰਠ ਮਹਿਲਾ ਪੰਜਵਾਂ, ਗੁਰ ਕੇ ਚਰਨ ਵਸੇ ਰਿਧ ਪੀਤਰ, ਸ਼ੁਭ ਲੱਖਣ ਪ੍ਰਭ ਕੀਨੇ, ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ। ਹੇ ਭਾਈ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੇ ਚਰਨ ਵਸ ਪਏ, ਪ੍ਰਭੂ ਨੇ ਉਹਦੀ ਜ਼ਿੰਦਗੀ ਵਿੱਚ ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ। ਸਰਵ ਵਿਆਪਕ ਪ੍ਰਭੂ ਜੀ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਏ, ਉਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਆਪਣੇ ਮਨ ਵਿੱਚ ਟਿਕੇ ਹੋਏ ਪਛਾਣ ਲਏ, ਆਪਣੇ ਮਨ 'ਚ ਪੈਦਾ ਨਹੀਂ ਕਰ ਲਏ, ਟਿਕੇ ਹੋਏ ਪਛਾਣ ਲਏ। ਮੇਰੋ ਗੁਰ ਰਖਵਾਰੋ ਮੀਤ, ਦੂਣ ਚੌਣੀ ਦੇ ਵਡਿਆਈ, ਸ਼ੋਭਾ ਨੀਤਾ ਨੀਤ ਰਹਾਓ। ਹੇ ਭਾਈ, ਮੇਰਾ ਗੁਰੂ ਮੇਰਾ ਰਾਖਾ ਹੈ, ਮੇਰਾ ਮਿੱਤਰ ਹੈ, ਪ੍ਰਭੂ ਦਾ ਨਾਮ ਦੇ ਕੇ ਗੁਰੂ ਮੈਨੂੰ ਵਡਿਆਈ ਬਖਸ਼ਦਾ ਹੈ, ਉਹ ਐਸੀ ਵਡਿਆਈ ਹੈ ਜੋ ਤੂਣੀ ਚੌਣੀ ਹੁੰਦੀ ਜਾਂਦੀ ਹੈ, ਸਦਾ ਵੱਧਦੀ ਜਾਂਦੀ ਹੈ, ਮੈਨੂੰ ਸਦਾ ਹੀ ਗੁਰੂ ਸ਼ੋਭਾ ਦਿਵਾਉਂਦਾ ਹੈ। ਜੀ ਜੰਤ ਪ੍ਰਭ ਸਗਲ ਉਧਾਰੇ, ਦਰਸ਼ਨ ਦੇਖਣ ਹਾਰੇ, ਗੁਰਪੂਰੇ ਕੀ ਅਚਰਜ ਵਡਿਆਈ, ਨਾਨਕ ਸਦਬਲ ਹਾਰੇ। ਹੇ ਭਾਈ, ਗੁਰੂ ਦਾ ਦਰਸ਼ਨ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਭੂ ਨੇ ਵਿਕਾਰਾਂ ਤੋਂ ਬਚਾ ਲਿਆ। ਪੂਰੇ ਗੁਰੂ ਦਾ ਇਤਨਾ ਵੱਡਾ ਦਰਜਾ ਹੈ ਕਿ ਵੇਖ ਕੇ ਹੈਰਾਨ ਹੋ ਜਾਈਦਾ। ਹੇ ਨਾਨਕ, ਆਖੋ ਕਿ ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ। ਸੋਰਠ ਮਹਿਲਾ ਪੰਜਵਾਂ, ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਅਗੰਮ ਅਪਾਰ,
ਬਿਲਸ਼ ਬਿਨੋਦ ਆਨੰਦ ਸੁਖ ਮਾਣੋ, ਖਾਏ ਜੀਵੋ ਸਿੱਖ ਪਰਿਵਾਰ। ਹੇ ਭਾਈ, ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਦੇ ਪਵਿੱਤਰ ਨਾਮ ਦਾ ਧਨ ਇਕੱਠਾ ਕਰ ਰਿਹਾ ਹਾਂ। ਜਿੱਥੇ ਇਹ ਧਨ ਇਕੱਠਾ ਕੀਤਾ ਜਾਏ, ਉੱਥੇ ਅਪਹੁੰਚ ਅਤੇ ਬੇਅੰਤ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ। ਜੇ ਅਸੀਂ ਆਪਣੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਦਾ ਨਾਮ ਧਨ ਇਕੱਠਾ ਕਰੀਏ ਤਾਂ ਸਾਡੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਿਵਾਸ ਹੋ ਜਾਣਾ ਹੈ। ਹੇ ਗੁਰੂ ਕੇ ਸਿੱਖ ਪਰਿਵਾਰੋ, ਹੇ ਗੁਰਸਿੱਖੋ, ਤੁਸੀਂ ਵੀ ਆਤਮਿਕ ਜੀਵਨ ਵਾਸਤੇ ਇਹ ਨਾਮ ਭੋਜਨ ਖਾ ਕੇ ਆਤਮਿਕ ਜੀਵਨ ਹਾਸਲ ਕਰੋ, ਖੁਸ਼ ਹੋ ਕੇ ਆਤਮਿਕ ਜੋਜ ਆਨੰਦ ਸੁੱਖ ਮਾਣਿਆ ਕਰੋ। ਹਰ ਕੇ ਚਰਨ ਕਮਲ ਆਦਾਰ, ਸੰਤ ਪ੍ਰਸਾਦ ਪਾਇਓ ਸੱਚ ਬੋਹਿਥ, ਚੜ ਲੰਘੋ ਬਿਖ ਸੰਸਾਰ ਰਹਾਓ। ਹੇ ਭਾਈ, ਪਰਮਾਤਮਾ ਦੇ ਕੋਮਲ ਚਰਨਾਂ ਨੂੰ ਮੈਂ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ। ਹਰ ਕੇ ਚਰਨ ਕਮਲ ਆਧਾਰ, ਗੁਰੂ ਦੀ ਕਿਰਪਾ ਨਾਲ ਮੈਂ ਸਦਾ ਥਿਰ ਪ੍ਰਭੂ ਦਾ ਨਾਮ ਜਹਾਜ਼ ਲੱਭ ਲਿਆ। ਉਸ ਵਿੱਚ ਚੜ੍ਹ ਕੇ ਮੈਂ ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ ਜ਼ਹਿਰ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ। ਮਾਇਕ ਹੱਲਿਆਂ ਤੋਂ ਬਚਣ ਦੇ ਲਈ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਸਾਨੂੰ ਗੁਰੂ ਦੇ ਸਹਾਰੇ ਦੀ ਲੋੜ ਹੈ। ਭੈ ਕਿਰਪਾਲ ਪੂਰਨ ਅਭਿਨਾਸ਼ੀ, ਆਪਹਿ ਕੀਨੀ ਸਾਰ, ਪੇਖ ਪੇਖ ਨਾਨਕ ਬਿਗਸਾਨੋ, ਨਾਨਕ ਨਾਹੀ ਸ਼ੁਮਾਰ। ਹੇ ਭਾਈ, ਜਿਸ ਮਨੁੱਖ ਉੱਤੇ ਸਰਵ ਵਿਆਪਕ ਅਵਿਨਾਸ਼ੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੰਭਾਲ ਉਹ ਆਪ ਹੀ ਕਰਦੇ ਹਨ। ਨਾਨਕ ਉਸ ਪਰਮਾਤਮਾ ਦਾ ਇਹ ਕੌਤਕ ਵੇਖ ਵੇਖ ਕੇ ਖੁਸ਼ ਹੋ ਰਿਹਾ ਹੈ। ਹੇ ਨਾਨਕ, ਸੇਵਕ ਦੀ ਸੰਭਾਲ ਕਰਨ ਦੀ ਪ੍ਰਭੂ ਦੀ ਦਇਆ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸੋਰਠ ਮਹਿਲਾ ਪੰਜਵਾਂ, ਗੁਰ ਪੂਰੈ ਆਪਣੀ ਕਲ ਤਾਰੀ, ਸਭ ਘਟ ਉਪਜੀ ਦਇਆ, ਆਪੇ ਮੇਲ ਵਡਾਈ ਕਿੰਨੀ, ਕੁਸ਼ਲ ਖੇਮ ਸਭ ਭਇਆ। ਹੇ ਭਾਈ, ਪੂਰੇ ਗੁਰੂ ਨੇ ਮੇਰੇ ਅੰਦਰ ਆਪਣੀ ਅਜਿਹੀ ਤਾਕਤ ਭਰ ਦਿੱਤੀ ਹੈ ਕਿ ਮੇਰੇ ਅੰਦਰ ਸਭ ਜੀਵਾਂ ਵਾਸਤੇ ਪਿਆਰ ਪੈਦਾ ਹੋ ਗਿਆ। ਗੁਰੂ ਨੇ ਆਪ ਹੀ ਮੈਨੂੰ ਪ੍ਰਭੂ ਚਰਨਾਂ 'ਚ ਜੋੜ ਕੇ ਮੈਨੂੰ ਆਤਮਿਕ ਉੱਚਤਾ ਬਖਸ਼ੀ ਹੈ। ਹੁਣ ਮੇਰੇ ਅੰਦਰ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ। ਹੇ ਭਾਈ, ਪੂਰਾ ਗੁਰੂ ਹਰ ਵੇਲੇ ਮੇਰੇ ਨਾਲ ਮਦਦਗਾਰ ਹੈ। ਉਸਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਜਪ ਕੇ ਮੈਂ ਸਦਾ ਪ੍ਰਸੰਨ ਚਿੱਤ ਰਹਿੰਦਾ ਹਾਂ। ਅੰਤਰ ਬਾਹਰ ਥਾਨ ਥਨੰਤਰ, ਜਤ ਕਤ ਪੇਖੋ ਸੋਈ, ਨਾਨਕ ਗੁਰ ਪਾਇਓ ਵਡ ਭਾਗੀ, ਤਿਸ ਜੇਵਡ ਅਵਰ ਨਾ ਕੋਈ। ਹੇ ਭਾਈ, ਹੁਣ ਆਪਣੇ ਅੰਦਰ ਅਤੇ ਬਾਹਰ ਸਾਰੇ ਜਗਤ ਵਿੱਚ ਹਰ ਥਾਂ ਵਿੱਚ ਮੈਂ ਜਿੱਥੇ ਵੇਖਦਾ ਹਾਂ ਉਸ ਪਰਮਾਤਮਾ ਨੂੰ ਹੀ ਵਸਦਾ ਵੇਖਦਾ ਹਾਂ। ਹੇ ਨਾਨਕ,
ਮੈਨੂੰ ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ ਹੈ। ਇਹੋ ਜੀ ਦਾਤ ਬਖਸ਼ ਸਕਣ ਵਾਲਾ ਗੁਰੂ ਦੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਹੈ। ਸੋ ਇਸ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 618ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਉਮੀਦ ਕਰਦੇ ਹਾਂ ਗੁਰੂ ਦੀ ਮਹੱਤਤਾ ਦੇ ਬਾਰੇ, ਗੁਰੂ ਦੀ ਵਡਮੁੱਲਤਾ ਦੇ ਬਾਰੇ ਅਤੇ ਇੱਛਾ ਸ਼ਕਤੀ ਦੇ ਬਾਰੇ, ਮਾਇਕ ਹੱਲਿਆਂ ਦੇ ਬਾਰੇ ਤੁਹਾਨੂੰ ਬਹੁਤ ਗੱਲਾਂ ਸਮਝ ਦੇ ਵਿੱਚ ਆ ਗਈਆਂ ਹੋਣਗੀਆਂ। ਜੇ ਅਸੀਂ ਮਾਇਕ ਹੱਲਿਆਂ ਦਾ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋਣਾ ਚਾਹੁੰਦੇ ਹਾਂ ਤਾਂ ਇੱਕ ਹੀ ਰਸਤਾ ਹੈ ਕਿ ਗੁਰੂ ਦੇ ਲੜਨ ਲੱਗੀਏ, ਲੱਗੇ ਰਹੀਏ, ਗੁਰੂ ਦੀਆਂ ਸਿੱਖਿਆਵਾਂ ਨੂੰ ਧਿਆਨ ਦੇ ਨਾਲ ਸੁਣੀਏ, ਸਮਝੀਏ, ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ, ਪਰਮਾਤਮਾ ਦੀ ਮੌਜੂਦਗੀ ਨੂੰ ਇਸ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਮਹਿਸੂਸ ਕਰੀਏ, ਆਪਣੇ ਆਪ ਦੇ ਨਾਲ ਡੂੰਘੀ ਸਾਂਝ ਪਾਈਏ, ਆਪਣੇ ਆਪ ਨੂੰ ਡੂੰਘਾਈ ਤੋਂ ਪਹਿਚਾਨੀਏ। ਇਸ ਤਰ੍ਹਾਂ ਅਸੀਂ ਪਰਮਾਤਮਾ ਨਾਲ ਇੱਕਮਿੱਕ ਹੋ ਜਾਵਾਂਗੇ ਅਤੇ ਮਾਇਕ ਹੱਲਿਆਂ ਤੋਂ ਬਚ ਪਾਵਾਂਗੇ। ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।